ਨਾਲ ਤਲਕ ਹੈ, ਚੌਧਰੀ ਬਰਾਦਰਾਂ ਨਾਲ ਸਾਡਾ ਤਲਕ ਹੈ, ਯੂਨੀਅਨ ਕੌਂਸਲ ਲੈਵਲ ਦੇ ਉੱਤੇ, ਆਪਣੇ ਪਿੰਡ ਲੈਵਲ ਦੇ ਉੱਤੇ, ਆਪਣੇ ਹਲਕੇ ਦੇ ਵਿੱਚ, ਤੇ ਪਾਕਿਸਤਾਨ ਮੇਰੇ ਫੈਮਿਲੀ ਦੇ ਮੁਖਤਲਿਫ ਮੈਂਬਰਾਂ ਨੇ ਉਹ ਵੀ, ਔਰ ਮੈਂ ਵੀ ਜਦੋਂ ਪਾਕਿਸਤਾਨ ਹੋਣਾ, ਹਰ ਲਿਹਾਜ਼ ਨਾਲ ਅਸੀਂ ਉਹਨਾਂ ਦੇ ਨਾਲ ਹਾਂ, ਉਹਨਾਂ ਦੀ ਸਪੋਰਟ ਕਰੀ ਦੀ ਹੈ। ਔਰ ਇਹਨਾਂ ਤੋਂ ਇਲਾਵਾ ਆਪਣਾ ਜਿਵੇਂ ਅਮਰੀਕਾ ਵੀ ਹੈ, ਤੇ ਅਮਰੀਕਾ ਵੀ ਪਾਕਿਸਤਾਨ ਮੁਸਲਿਮ ਲੀਗ ਕਾਫ ਦਾ ਪਲੇਟਫਾਰਮ ਜੋ ਸ਼ਜਾ ਸਾਹਿਬ ਨੇ ਇੱਥੇ ਬਣਾਇਆ ਸੀ, ਉਸ ਵਿੱਚ ਉਹਨਾਂ ਨੇ ਮੈਨੂੰ ਐਜ਼ ਏ ਜ਼ਿੰਮੇਵਾਰੀ ਜਿਹੜੀ ਉਹ ਐਜ਼ ਏ ਸੈਕਟਰੀ ਜਨਰਲ ਨਾਮੀਨੇਟ ਕੀਤਾ ਹੋਇਆ। ਉਸ ਹਵਾਲੇ ਮਾਸ਼ਾਅੱਲਾ ਨਾਲ ਸਾਡੀ ਪਾਕਿਸਤਾਨ ਮੁਸਲਿਮ ਲੀਗ ਆਫ ਅਮਰੀਕਾ USA ਦੇ ਕਾਫੀ ਮੈਂਬਰਾਨ ਨੇ, ਜਿਹੜੇ ਅਸੀਂ ਬਕਾਇਦਾ ਆਪਣੀ ਮੀਟਿੰਗ ਔਰ ਜਿਤਨੇ ਵੀ ਇੱਥੇ ਫੰਕਸ਼ਨ ਆ ਜਾਂ ਜਿਤਨੇ ਵੀ ਪਾਕਿਸਤਾਨੀ ਕਮਿਊਨਿਟੀ ਦੇ ਮਸਲੇ ਮਸਾਇਲ ਨੇ, ਉਹਨਾਂ ਨੂੰ ਉਜਾਗਰ ਕਰਦੇ ਰਹਿੰਦੇ ਆ। ਔਰ ਮੈਨੂੰ ਇਹ ਵੀ ਆਪਣੇ ਖੁਸ਼ੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਕੰਮ ਸੀ, ਉਹ ਅਸੀਂ ਜੋ ਸ਼ਜਾ ਸਾਹਿਬ ਇੱਥੇ ਅਮਰੀਕਾ ਆਏ ਸਨ, ਤੇ ਅਸੀਂ ਉਹਨਾਂ ਅੱਗੇ ਰਿਕੁਐਸਟ ਕੀਤੀ ਸੀ ਕਿ ਜਨਾਬ ਜਿਹੜੇ ਬੰਦੇ ਬਾਹਰ ਓਵਰਸੀਜ਼ ਨੇ, ਇਹਨਾਂ ਨੂੰ ਡੈੱਡ ਬਾਡੀ ਲੈ ਕੇ ਜਾਣ ਵਾਸਤੇ ਪਾਕਿਸਤਾਨ ਜਾਣਾ ਹੁੰਦਾ ਤੇ ਕਾਫੀ ਮਸਲਾ ਹੁੰਦਾ, ਤੇ ਇਹਦੇ ਵਿੱਚ ਜਨਾਬ ਤੁਸੀਂ ਅਗਰ ਇਹ ਕਰ ਦਿਓ ਤੇ ਸਾਡੇ ਵਾਸਤੇ ਓਵਰਸੀਜ਼ ਵਾਲਿਆਂ ਵਾਸਤੇ ਕਾਫੀ ਬਿਹਤਰ ਮਤਲਬ ਮਸਲਾ ਹੱਲ ਹੋ ਜਾਏਗਾ। ਤੇ ਉਹਨਾਂ ਦਾ ਬਹੁਤ ਸ਼ੁਕਰੀਆ, ਮਿਹਰਬਾਨੀ ਉਹਨਾਂ ਦੀ ਕਿ ਉਹ ਜਦੋਂ ਵਜ਼ੀਰ ਆਜ਼ਮ ਬਣੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਕੰਮ ਕੀਤਾ, ਤੇ ਉਸ ਤੋਂ ਬਾਅਦ ਸਾਡਾ ਪੂਰੇ ਪਾਕਿਸਤਾਨ ਬਲਕਿ ਪੂਰੀ ਦੁਨੀਆ ਦੇ ਉੱਤੇ ਜਿਤਨੇ ਵੀ ਓਵਰਸੀਜ਼ ਨੇ ਉਹ ਇਸ ਚੀਜ਼ ਤੋਂ ਫਾਇਦਾ ਉਠਾ ਰਹੇ ਨੇ। ਤੇ ਬਾਕੀ ਮਾਸ਼ਾਅੱਲਾ ਅਮਰੀਕਾ ਦੇ ਵਿੱਚ ਕੋਈ ਵੀ ਕੋਈ ਫੰਕਸ਼ਨ ਹੁੰਦਾ ਜਾਂ ਕੋਈ ਵੀ ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਵੀ ਪਾਕਿਸਤਾਨੀ ਪਾਕਿਸਤਾਨ ਦਾ ਨਾਂ ਰੋਸ਼ਨ ਕਰਨ ਵਾਸਤੇ ਹੁੰਦਾ ਤੇ ਅਸੀਂ ਸਰੇ ਫਰਿਸ਼ਤ ਹੁੰਦੇ ਹਾਂ, ਹਰ ਜਗ੍ਹਾ ਦੇ ਉੱਤੇ ਕੋਸ਼ਿਸ਼ ਕਰੀ ਦੀ ਕਿ ਆਪਣੇ ਅਮਰੀਕਾ ਦੇ ਵਿੱਚ ਰਹਿ ਕੇ ਤੇ ਆਪਣੇ ਮੁਲਕ ਦਾ ਨਾਂ ਰੋਸ਼ਨ ਕਰੀਏ। ਬਾਕੀ ਜਿਹੜੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਮੈਂ ਤਕਰੀਬਨ ਸਾਲ ਦੇ ਵਿੱਚ ਚੱਕਰ ਇੱਕ ਜਾਂ ਦੋ ਚੱਕਰ ਮੇਰੇ ਲੱਗਦੇ ਰਹਿੰਦੇ ਨੇ ਪਾਕਿਸਤਾਨ, ਤੇ ਉੱਥੇ ਵੀ ਜਾ ਕੇ ਫੁੱਲ ਪਾਰਟੀਸਪੇਟ ਕਰੀਦਾ। ਜਿਸ ਤਰ੍ਹਾਂ ਕਿ ਪਿਛਾਂ ਜੇ ਚੋਈ ਸੈਨ ਲਈ ਸਾਹਿਬ ਇਲੈਕਸ਼ਨ ਤੇ ਖੜੇ ਸਨ, ਤੇ ਉਹਨਾਂ ਦੇ ਇਲੈਕਸ਼ਨ ਦੀ ਕੰਪੇਨ ਜਿਹੜੀ ਉਹ ਪੂਰੀ ਅੱਛੇ ਤਰੀਕੇ ਨਾਲ, ਬਲਕਿ ਪੂਰੀ ਮੁਸਲਿਮ ਲੀਗ ਆਫ ਅਮਰੀਕਾ ਸਾਡੇ ਇੱਥੇ ਸਾਰੇ ਦੋਸਤ ਗਏ ਸਨ, ਅਸੀਂ ਉਹਨਾਂ ਦੀ ਕੰਪੇਨ ਚਲਾਈ ਔਰ ਉਹਨਾਂ ਨੂੰ ਅਸੀਂ ਬੜੇ ਅੱਛੇ ਤਰੀਕੇ ਨਾਲ ਇਲੈਕਸ਼ਨ ਜਿਹੜਾ ਵਿਨ ਕਰਾਇਆ। ਤੇ ਉਸ ਬਾਅਦ ਬਕਾਇਦਾ ਹੁਣ 4 ਕੁ ਮਹੀਨੇ ਪਹਿਲਾਂ ਜਦੋਂ ਇਹ ਕਰੋਨਾ ਦੀ ਵਬਾ ਆਈ ਹੈ, ਤੇ ਤੁਹਾਨੂੰ ਪਤਾ ਕਿ ਪਾਕਿਸਤਾਨ ਦੇ ਟੋਟਲੀ ਲਾਕਡਾਊਨ ਹੋ ਗਿਆ ਸੀ ਸਾਰਾ, ਤੇ ਉਸ ਲਾਕਡਾਊਨ ਦੇ ਸਿਲਸਿਲੇ ਦੇ ਵਿੱਚ ਵੀ ਅਸੀਂ ਆਪਣੀ ਆਜ਼ਾਦੀ ਜੇਬ ਦੇ ਵਿੱਚੋਂ ਭੰਗਰਾਲੇ ਦੇ ਵਿੱਚ ਜਿਤਨੇ ਮਤਲਬ ਹੋ ਸਕਦਾ ਸੀ ਗਰਦੋਨਵਾਦ ਦੇ ਵਿੱਚ ਲੋਕਾਂ ਦੀ ਹੈਲਪ ਕੀਤੀ, ਲੋਕਾਂ ਨੂੰ ਰਾਸ਼ਨ ਮਤਲਬ ਘਰਾਂ ਦੇ ਵਿੱਚ ਪਹੁੰਚਾਇਆ। ਉਸ ਤੋਂ ਬਾਅਦ ਫਿਰ ਚੋਈ ਸੈਨ ਲਈ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਰਾਸ਼ਨ ਸਾਹਿਬ ਪਹੁੰਚਾਇਆ, ਉਹ ਵੀ ਅਸੀਂ ਤਕਸੀਮ ਕੀਤਾ। ਫਿਰ ਕੇਅਰ ਪਾਕਿਸਤਾਨ ਵਾਲੇ ਨੇ ਉਹਨਾਂ ਨੇ ਸਾਡੇ ਰਾਸ਼ਨ ਪਹੁੰਚਾਇਆ ਭੰਗਰਾਲੇ ਗਿਰਦੋਨਵਾ ਵਿੱਚ, ਉਹ ਵੀ ਤਕਸੀਮ ਕੀਤਾ। ਉਸ ਤੋਂ ਬਾਅਦ ਅਲ ਮੁਸਲਿਮ ਇੰਟਰਨੈਸ਼ਨਲ ਵਾਲੇ ਨੇ ਉਹਨਾਂ ਨੇ ਵੀ ਮੁਖਤਲਿਫ ਹਵਾਲੇ ਦੇ ਨਾਲ ਰਾਸ਼ਨ ਵਗੈਰਾ ਲੋਕਾਂ ਦੀ ਹੈਲਪ ਕੀਤੀ, ਅਸੀਂ ਵੀ ਉਹਨਾਂ ਦੇ ਨਾਲ ਮਿਲ ਜੁਲ ਕੇ ਤੇ ਉਹ ਵੀ ਮਤਲਬ ਕੰਮ ਕੀਤਾ। ਤੋ ਅਲਹਮਦੁਲਿਲਾ, ਮਤਲਬ ਮੈਨੂੰ ਇਸ ਚੀਜ਼ ਦਾ ਫਖਰ ਹੈ ਕਿ ਮੈਂ ਹਰ ਮੌਜੂ ਦੇ ਉੱਤੇ ਜਾਂ ਹਰ ਟਾਪਿਕ ਦੇ ਉੱਤੇ ਕੋਸ਼ਿਸ਼ ਕਰੀ ਦੀ ਹੈ ਕਿ ਬੜ ਚੜ ਕੇ ਹਿੱਸਾ ਲਿਆ ਜਾਏ, ਚਾਹੇ ਸਿਆਸਤ ਏ ਉਹਦੇ ਵਿੱਚ ਵੀ ਜਾਂ ਵੈਲਫੇਅਰ ਦੇ ਕੰਮ ਨੇ ਉਹਨਾਂ ਵਿੱਚ ਵੀ, ਜਾਂ ਇੱਥੇ ਅਮਰੀਕਾ ਦੇ ਵਿੱਚ ਕੋਈ ਪਾਕਿਸਤਾਨੀ ਕਮਿਊਨਿਟੀ ਦੇ ਮਸਲੇ ਮਸਾਇਲ ਨੇ ਉਹਨਾਂ ਦੇ ਵਿੱਚ ਵੀ ਬੜ ਚੜ ਕੇ ਹਿੱਸਾ ਲਈਦਾ। ਪਿਛਲੇ ਦਿਨ ਸਾਡੇ ਇੱਥੇ ਅਮਰੀਕਾ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ ਨੇ ਬਹੁਤ ਬੜੀ ਤਾਦਾਦ ਦੇ ਵਿੱਚ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਈਦ ਮਿਲਾਦ ਨਬੀ ਦੇ ਹਵਾਲੇ ਦੇ ਨਾਲ ਅਸੀਂ ਕਰੋਨਾ ਦੇ ਬਾਵਜੂਦ ਕਾਫੀ ਲੋਕਾਂ ਨੇ ਮਤਲਬ ਇੱਥੇ ਸ਼ਿਰਕਤ ਕੀਤੀ, ਤੇ ਬੜਾ ਅੱਛੇ ਤਰੀਕੇ ਨਾਲ ਉਹ ਵੀ ਪ੍ਰੋਗਰਾਮ ਮਤਲਬ ਹੋਏ ਨੇ। ਤੇ ਉਹ ਕੋਸ਼ਿਸ਼ ਇਹ ਕਰੀ ਦੀ ਕਿ ਆਪਣੀ ਮਤਲਬ ਹਰ ਜਿਹੜਾ ਅੱਛਾ ਕੰਮ ਹੈ ਉਹਦੇ ਵਿੱਚ ਸ਼ਾਮਿਲ ਹੋ ਜਾਏ। ਮਾਸ਼ਾਅੱਲਾ, ਬੜੀ ਅੱਛੀ ਗੱਲ ਹੈ ਚੋਈ ਸਾਹਿਬ। ਇਹ ਚੀਜ਼ ਤੇ ਮੈਂ ਵੇਖਦਾ ਰਹਿੰਦਾ ਹਾਂ, ਬਲਕਿ ਸਾਰਾ ਪੰਜਾਬ ਤੇ ਸਾਰਾ ਪਾਕਿਸਤਾਨ ਵੇਖਦਾ ਰਹਿੰਦਾ ਤੁਹਾਡੀ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ, ਕਿ ਜਿਹੜੇ ਸੋਸ਼ਲ ਐਕਟੀਵਿਟੀਜ਼ ਨੇ ਜਾਂ ਜਿਹੜੇ ਕਸ਼ਮੀਰ ਦੇ ਨਾਲ ਸੋਲੀਡੈਰਿਟੀ ਦਾ ਮਸਲਾ ਆਉਂਦਾ ਹੈ, ਜਾਂ ਜਿਸ ਤਰ੍ਹਾਂ ਪਿੱਛੇ ਜੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਉੱਥੇ ਗਏ ਸਨ, ਉਹਨਾਂ ਨੇ ਜਾ ਕੇ ਇੱਕ ਜਲਸਾ ਕੀਤਾ ਸੀ, ਉਹਦੇ ਵਿੱਚ ਵੀ ਤੁਸੀਂ ਪੇਸ਼ ਤੋਂ ਆਪਣੀ ਪਾਰਟੀ ਦੀ ਤੁਸੀਂ ਨੁਮਾਇੰਦਗੀ ਕੀਤੀ ਸੀ। ਮਾਸ਼ਾਅੱਲਾ ਚੋਈ ਸਾਹਿਬ, ਇਹ ਦੱਸੋ ਕਿ ਅਮਰੀਕਾ ਜਾਂ ਪਾਕਿਸਤਾਨ ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਪਸੰਦ ਹੈ ਤੇ ਕਿਹੜੀ ਚੀਜ਼ ਨੂੰ ਤੁਸੀਂ ਹੇਟ ਕਰਦੇ ਹੋ, ਨਾ ਪਸੰਦ? ਜੀ, ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਕਿ ਇੱਥੇ ਹਰ ਬੰਦਾ ਜਿਹੜਾ ਉਹ ਹਾਰਡ ਵਰਕਰ ਹੈ, ਹਰ ਬੰਦਾ ਜਿਹੜਾ ਉਹ ਆਪਣੇ ਮਤਲਬ ਆਪਣੇ ਕੰਮ ਨੂੰ ਤਰਜੀਹ ਦਿੰਦਾ, ਆਪਣੇ ਮਿਹਨਤ ਕਰਦੇ ਨੇ, ਆਪਣਾ ਕੋਸ਼ਿਸ਼ ਕਰਦੇ ਨੇ, ਕਿਸੇ ਨਾਲ ਜ਼ਿਆਦਤੀ ਨਾ ਹੋਵੇ, ਆਨੈਸਟ ਨੇ, ਫੇਅਰ ਨੇ, ਲੋਕ ਇੱਕ ਦੂਜੇ ਦੀ ਰਿਸਪੈਕਟ ਕਰਦੇ ਨੇ। ਤੇ ਜਿਹੜਾ ਇੱਥੇ ਦੀ ਕੁਛ ਐਸੀਆਂ ਐਂ ਨੇ ਕਿ ਜਿਹੜੀਆਂ ਅਸੀਂ ਇੱਥੇ ਦੀਆਂ ਨਹੀਂ ਸਕ ਸਕਦੇ ਹਾਂ, ਜਿਸ ਤਰ੍ਹਾਂ ਕਿ ਇਹਨਾਂ ਦਾ ਫੈਮਿਲੀ ਕਲਚਰ ਹੈ, ਉਹ ਇਹਨਾਂ ਦੀ ਥੋੜ੍ਹੀ ਜਿਹੀ ਸੈਲਫਿਸ਼ ਲਾਈਫ ਹੈ, ਇਹਨਾਂ ਦਾ ਇੱਕ ਆਪਣਾ ਆਪਣਾ ਕਲਚਰ ਹੈ, ਆਪਣਾ ਇੱਕ ਥੋੜ੍ਹਾ ਜਿਹਾ ਉਸ ਚੀਜ਼ ਨੂੰ ਅਸੀਂ ਥੋੜ੍ਹਾ ਜਿਹਾ ਮਤਲਬ ਅਸੀਂ ਆਪਣੇ ਤਰੀਕੇ ਦੇ ਨਾਲ ਇੱਥੇ ਅਮਰੀਕਾ ਦੇ ਵਿੱਚ ਰਹਿ ਕੇ ਵੀ ਆਪਣੇ ਪਾਕਿਸਤਾਨੀ ਕਲਚਰ ਨੂੰ ਜਿਹੜਾ ਉਹ ਅਸੀਂ ਪ੍ਰਮੋਟ ਕਰਨੇ ਹਾਂ। ਦੂਸਰੀ ਚੀਜ਼ ਪਾਕਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਵਿੱਚ ਮੈਂ ਸਮਝਦਾ ਕਿ ਸਾਡਾ ਪਾਕਿਸਤਾਨ ਵਿੱਚ ਸਭ ਤੋਂ ਬੈਸਟ ਜਿਹੜਾ ਫੈਮਿਲੀ ਸਿਸਟਮ ਹੈ ਕਿ ਅਸੀਂ ਹਰ ਇੱਕ ਦੂਸਰੇ ਦੀ ਆਪਣੇ ਹੈਲਪ ਕਰਨੇ ਹਾਂ, ਚਾਹੇ ਕੋਈ ਅਜ਼ੀਜ਼ ਹੈ, ਚਾਹੇ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਪਿੰਡ ਦਾ ਹੈ, ਚਾਹੇ ਕੋਈ ਹਲਕੇ ਦਾ ਹੈ,
ਅਸੀਂ ਅਗਰ ਬਾਹਰ ਵੀ ਆ ਜਾਂਦੇ ਹਾਂ ਤਾਂ ਅਗਰ ਪਿੱਛੋਂ ਪਤਾ ਚੱਲੇ ਜੀ ਕਿ ਫਲਾਂ ਬੰਦਾ ਫਲਾਣੀ ਜਗ੍ਹਾ ਦਾ ਸਾਡੇ ਹਲਕੇ ਦਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੀ ਹੈਲਪ ਕੀਤੀ ਜਾਏ, ਉਹਨੂੰ ਜਿੰਨੀ ਦੇਰ ਤੱਕ ਕੰਮ ਸ਼ੰਮ ਨਹੀਂ ਮਿਲਦਾ ਉਹਦੀ ਸਪੋਰਟ ਕੀਤੀ ਜਾਏ। ਤੇ ਪਾਕਿਸਤਾਨ ਜਿਹੜੇ ਨੇ ਮਾਸ਼ਾਅੱਲਾ, ਸਾਡਾ ਜਿਹੜਾ ਸਾਡਾ ਇਸਲਾਮ ਹੈ, ਸਾਡਾ ਮਜ਼ਹਬ ਹੈ, ਉਹਦੇ 'ਚ ਮਾਸ਼ਾਅੱਲਾ ਬਹੁਤ ਅੱਛੀਆਂ ਚੀਜ਼ਾਂ ਜਿਹਨਾਂ ਨੂੰ ਅਸੀਂ ਫਾਲੋ ਕਰਨੇ ਹਾਂ। ਔਰ ਸਾਡਾ ਜਿਹੜਾ ਫੈਮਿਲੀ ਸਿਸਟਮ ਹੈ, ਕਲਚਰ ਹੈ, ਆਪਣੇ ਮਾਂ ਬਾਪ ਦੀ ਰਿਸਪੈਕਟ ਕਰਨੀ, ਆਪਣੇ ਭੈਣ ਭਾਈਆਂ ਦੀ ਰਿਸਪੈਕਟ ਕਰਨੀ, ਉਹ ਬਹੁਤ ਅੱਛੀਆਂ ਚੀਜ਼ਾਂ ਨੇ। ਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਪਾਕਿਸਤਾਨ ਨੂੰ, ਉਹ ਅਸੀਂ ਸਮਝਣਾ ਕਿ ਅਸੀਂ ਅਮਰੀਕਾ ਦੇ ਵਿੱਚ ਵੀ ਆ ਕੇ ਅਸੀਂ ਉਹਨਾਂ ਨੂੰ ਵੀ ਫਾਲੋ ਅਪ ਕਰ ਰਹੇ ਹਾਂ। ਤੋ ਅਲਹਮਦੁਲਿਲਾ, ਮਤਲਬ ਮਾਸ਼ਾਅੱਲਾ ਉਹ ਬੜੇ ਅੱਛੇ ਤਰੀਕੇ ਨਾਲ ਜਾ ਰਹੀ ਨੇ। ਬੜੀ ਅੱਛੀ ਗੱਲ ਚੋਈ ਸਾਹਿਬ। ਦੋਸਤ ਜਿੰਨੇ ਵੇਖ ਰਹੇ ਨੇ ਤੁਹਾਡੀ ਬੜੀ ਸ਼ੁਕਰੀਆ, ਬੜੀ ਮਿਹਰਬਾਨੀ। ਮੈਂ ਰਿਮਾਇੰਡ ਕਰਦਿਆਂ ਕਰਾ ਦਿਆਂ ਕਿ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਚੌਧਰੀ ਤਨਵੀਰ ਅਸਗਰ ਬੰਗਰਾਂਵਾਲਾ ਸਾਹਿਬ ਦੀਆਂ ਖੂਬਸੂਰਤ ਗੱਲਾਂ ਨੇ ਜਿਹੜੀਆਂ ਪੂਰਾ ਪੰਜਾਬ ਤੇ ਪੂਰਾ ਪੂਰੀ ਦੁਨੀਆ ਇਹ ਸੁਣ ਰਹੀ ਹੈ। ਚੋਈ ਸਾਹਿਬ, ਇਹ ਦੱਸੋ ਕਿ ਅਗਲਿਆਂ 5 ਜਾਂ 10 ਸਾਲਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਥੇ ਵੇਖ ਰਹੇ ਹੋ? ਕੋਈ ਪਲਾਨਸ ਹੈ ਨੇ, ਕੋਈ ਟਾਰਗੇਟਸ ਤੁਸੀਂ ਸੈੱਟ ਕੀਤੇ ਨੇ? ਜੀ ਅਲਹਮਦੁਲਿਲਾ, ਮੈਂ ਬਿਲਕੁਲ ਆਪਣੇ ਪਲਾਨ, ਆਪਣਾ ਟਾਰਗੇਟ ਬਿਲਕੁਲ ਹੈ ਨੇ। ਮੌਜੂਦਾ ਸਿਚੁਏਸ਼ਨ ਇਹ ਕਿ ਬੱਚੇ ਮੇਰੇ ਮਾਸ਼ਾਅੱਲਾ ਕਾਲਜ ਐਜੂਕੇਸ਼ਨ ਕਰ ਰਹੇ ਨੇ, ਤੋ 2-3 ਸਾਲ ਬਾਅਦ ਇਨਸ਼ਾਅੱਲਾ ਉਹਨਾਂ ਦੀ ਕਾਲਜ ਦੀ ਜਿਹੜੀ ਐਜੂਕੇਸ਼ਨ ਉਹ ਕੰਪਲੀਟ ਹੋ ਜਾਏਗੀ। ਉਸ ਤੋਂ ਬਾਅਦ ਆਪਣੀ ਉਹ ਜਾਬ ਸ਼ਾਬ ਜਿਵੇਂ ਸ਼ੁਰੂ ਕਰ ਲੈਂਦੇ, ਅਤੇ ਮੇਰਾ ਇਨਸ਼ਾਅੱਲਾ ਪ੍ਰੋਗਰਾਮ ਹੈ ਕਿ ਫਾਰਗ ਹੋ ਕੇ ਅਤੇ ਜਾ ਕੇ ਆਪਣੇ ਪਿੰਡ ਦੇ ਵਿੱਚ, ਆਪਣੇ ਪਾਸਾਨੇ ਆਵਾਮ ਦੇ ਵਿੱਚ, ਆਪਣੇ ਹਲਕੇ ਦੇ ਵਿੱਚ ਜਿਹੜਾ ਉਹ ਜਿੰਨੀ ਕਰ ਹੋ ਸਕੇ ਆਪਣੀ ਤਰਫੋਂ ਉਹਨਾਂ ਦੀ ਖਿਦਮਤ ਕੀਤੀ ਜਾਏ। ਔਰ ਆਪਣਾ ਜਿੱਥੇ ਬਚਪਨ ਗੁਜ਼ਰਿਆ ਉੱਥੇ ਜਾ ਕੇ ਆਪਣਾ ਜਿਹੜਾ ਆਖਰੀ ਟਾਈਮ ਹੈ ਉਹ ਜਾ ਕੇ ਉੱਥੇ ਆਪਣੇ ਪਿੰਡ ਦੇ ਵਿੱਚ ਲਾਇਆ ਜਾਏ। ਬੜੀ ਗੱਲ ਹੈ, ਕਿਉਂਕਿ ਪਿੰਡ ਦੀਆਂ ਉਹ ਚੋਈ ਸਾਹਿਬ ਜਿਹੜੀਆਂ ਪਿੰਡ ਦੀਆਂ ਰੌਣਕਾਂ ਨੇ ਉਹ ਬਾਹਰ ਤੇ ਨਹੀਂ ਲੱਭਦੀਆਂ। ਜੀ ਬਿਲਕੁਲ ਇਸੇ ਤਰ੍ਹਾਂ। ਅੱਛਾ ਚੋਈ ਸਾਹਿਬ, ਤੁਹਾਡਾ ਫੇਵਰੇਟ ਪਸੰਦੀਦਾ ਜਿਹੜਾ ਸ਼ਾਇਰ ਕਿਹੜਾ ਹੈ ਤੇ ਸ਼ੇਰ ਕਿਹੜਾ ਅੱਛਾ ਲੱਗਦਾ ਤੁਹਾਨੂੰ? ਔਰ ਦੂਸਰਾ, ਮਿਊਜ਼ਿਕ ਚ ਵੀ ਕੋਈ ਦਿਲਚਸਪੀ ਹੈ? ਅਗਰ ਹੈ ਤੇ ਕਿਸ ਕਿਸਮ ਦਾ ਮਿਊਜ਼ਿਕ ਤੁਹਾਨੂੰ ਅੱਛਾ ਲੱਗਦਾ? ਜੀ, ਸ਼ੇਰੋ ਸ਼ਾਇਰੀ ਪੰਜਾਬੀ ਦੇ ਵਿੱਚ ਦੇਖਿਆ ਜਾਏ ਤੇ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਜਿਹੜਾ ਮਤਲਬ ਸ਼ੇਰੋ ਸ਼ਾਇਰੀ ਉਹ ਹਰ ਬੰਦੇ ਨੂੰ ਪਸੰਦ ਹੈ, ਉਹ ਅਲਹਮਦੁਲਿਲਾ ਕਾਫੀ ਮੈਂ ਪਸੰਦ ਕਰਨਾ। ਅਲਾਮਾ ਇਕਬਾਲ ਸਾਹਿਬ ਦੇ ਜਿਹੜੇ ਸ਼ਾਇਰੀ ਉਹਨਾਂ ਨੂੰ ਪਸੰਦ ਕੀਤਾ ਜਾਂਦਾ, ਬਾਬਾ ਬੁੱਲੇ ਸ਼ਾਹ ਦੀ ਸ਼ਾਇਰੀ ਜਿਹੜੀ ਉਹਨਾਂ ਨੂੰ ਪਸੰਦ ਕੀਤਾ ਜਾਂਦਾ। ਤੇ ਮਿਊਜ਼ਿਕ ਜਿਹੜਾ ਹੈ ਉਹ ਪੰਜਾਬੀ ਮਿਊਜ਼ਿਕ ਕਾਫੀ ਸ਼ੌਕ ਨਾਲ ਸੁਣੀਦਾ। ਨੁਸਰਤ ਫਤਿਹ ਅਲੀ ਹਾਂ ਸਾਹਿਬ ਜਿਹੜੇ ਨੇ, ਮਰੂਮ, ਉਹਨਾਂ ਦੀ ਕੁਆਲੀਆਂ ਨੇ ਜਿਹੜੀਆਂ ਉਹ ਕਾਫੀ ਪਸੰਦ ਕੀਤੀਆਂ ਜਾਂਦੀਆਂ ਨੇ, ਉਹ ਕਾਫੀ ਸੁਣੀਦੀਆਂ ਨੇ। ਤੇ ਡਰਾਮਾ ਵਗੈਰਾ ਅੱਜ ਕੱਲ੍ਹ ਜਿਹੜਾ ਮੇਰੇ ਪਾਸ ਤੋਂ ਇੱਕ ਅੱਛਾ ਮਤਲਬ ਲੈਸਨ ਹੈ ਨਵੀਂ ਜਨਰੇਸ਼ਨ ਵਾਸਤੇ, ਉਹ ਦੇਖ ਕੇ ਅੱਛਾ ਲੱਗਾ। ਦੂਸਰਾ ਹੈ ਜਿਹੜਾ ਅੱਜ ਕੱਲ੍ਹ ਡਰਾਮਾ ਚੱਲ ਰਿਹਾ ਜਿਹੜਾ ਕਿ ਮੈਂ ਸਮਝਣਾ ਕਿ ਹਰ ਇੱਕ ਨੂੰ ਦੇਖਣਾ ਚਾਹੀਦਾ, ਕਾਫੀ ਇਹਦੇ 'ਚ ਸਾਡੇ ਕਲਚਰ ਦਾ, ਸਾਡੇ ਮਜ਼ਹਬ ਦਾ ਇਹਦੇ ਵਿੱਚ ਬਹੁਤ ਚੀਜ਼ਾਂ ਸ਼ਾਮਿਲ ਨੇ। ਜਿਹੜਾ ਤੁਰਕਿਸ਼ ਡਰਾਮਾ ਇੱਕ ਚੱਲ ਰਿਹਾ ਅਰਤਗਰ, ਤੇ ਉਸ ਵਾਲੇ ਨਾਲ ਜੀ ਜੀ, ਤੇ ਉਹ ਵੀ ਮਤਲਬ ਇਹ ਦੇਖਿਆ। ਇਹ ਕਾਫੀ ਚੀਜ਼ਾਂ ਨੇ, ਇਸ ਤਰ੍ਹਾਂ ਦੀਆਂ ਕੁਛ ਚੀਜ਼ਾਂ ਹੁੰਦੀਆਂ ਨੇ ਕਿ ਜਿਹਨਾਂ ਤੁਸੀਂ ਕਾਫੀ ਚੀਜ਼ਾਂ ਲਰਨ ਕਰਦੇ ਹੋ, ਆਪਣੀ ਹਿਸਟਰੀ ਲਰਨ ਕਰਦੇ ਹੋ, ਆਪਣਾ ਜਿਹੜਾ ਫਿਊਚਰ ਹੈ ਉਹਦੇ 'ਚ ਤੁਹਾਨੂੰ ਕੁਛ ਚੀਜ਼ਾਂ ਨਜ਼ਰ ਆਉਂਦੀਆਂ ਨੇ ਕਿ ਫਿਊਚਰ ਜਿਹੜਾ ਉਹਦੇ 'ਚ ਕੈਸਾ ਹੋ ਰਿਹਾ। ਤੋ ਅਲਹਮਦੁਲਿਲਾ ਮਤਲਬ ਇਹ ਚੀਜ਼ਾਂ ਪਸੰਦ ਹੈ। ਠੀਕ ਹੋ ਗਿਆ, ਜ਼ਬਰਦਸਤ। ਦੋਸਤੋ, ਅੱਜ ਤੁਸੀਂ ਇੰਟਰਵਿਊ ਵੇਖ ਰਹੇ ਹੋ ਚੌਧਰੀ ਤਨਵੀਰ ਅਸਗਰ ਬੰਗਰਾਂਵਾਲਾ ਸਾਹਿਬ ਦਾ, ਜਿਹੜੇ ਕਿ ਪਾਕਿਸਤਾਨ ਮੁਸਲਿਮ ਲੀਗ ਦੇ ਜਨਰਲ ਸੈਕਟਰੀ ਨੇ ਅਮੈਰੀਕਾ ਦੇ, ਉਹਨਾਂ ਦੀਆਂ ਤੁਸੀਂ ਗੱਲਾਂ ਸੁਣ ਰਹੇ ਹੋ ਖੂਬਸੂਰਤ। ਜ਼ਿਆਦਾ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰ ਦਿਓ। ਚੋਈ ਸਾਹਿਬ, ਇਹ ਦੱਸੋ ਤੁਹਾਨੂੰ ਡਰੈਸਿੰਗ ਕਿਸ ਤਰ੍ਹਾਂ ਦੀ ਅੱਛੀ ਲੱਗਦੀ ਹੈ? ਸ਼ਲਵਾਰ ਕਮੀਜ਼ ਜਾਂ ਪੈਂਟ ਕੋਟ, ਮਤਲਬ ਪਾਕਿਸਤਾਨੀ ਡਰੈਸਿੰਗ ਤੁਹਾਨੂੰ ਅੱਛੀ ਲੱਗਦੀ ਹੈ ਜਾਂ ਅਮੈਰੀਕਨ? ਜੀ, ਦੋਵੇਂ ਅੱਛੀਆਂ ਲੱਗਦੀਆਂ ਨੇ। ਅਗਰ ਅਮੈਰੀਕਾ ਦੇ ਵਿੱਚ ਜੋ ਹੋਵੀਏ ਤੇ ਜੈਸਾ ਦੇਸ ਵੈਸਾ ਬੇਸ, ਜਿਸ ਤਰ੍ਹਾਂ ਦਾ ਮਾਹੌਲ ਹੋਵੇ ਉਸ ਤਰੀਕੇ ਨਾਲ ਡਰੈਸ ਜਿਹੜਾ ਉਹਨੂੰ ਇਸਤੇਮਾਲ ਕਰਨਾ ਚਾਹੀਦਾ। ਅਮੈਰੀਕਾ ਦੇ ਵਿੱਚ ਜਿਹੜਾ ਉਹ ਪੈਂਟ ਸ਼ਰਟ ਮਤਲਬ ਮੋਸਟਲੀ ਯੂਜ਼ ਹੁੰਦੀ ਹੈ, ਅਤੇ ਪੈਂਟ ਸ਼ਰਟ ਯੂਜ਼ ਕਰੀਦੀ ਹੈ। ਜਿਵੇਂ ਆਪਣੇ ਸਾਡੇ ਪਾਕਿਸਤਾਨੀ ਕਮਿਊਨਿਟੀ ਦੇ ਜੋ ਫੰਕਸ਼ਨ ਹੁੰਦੇ ਨੇ ਅਮੈਰੀਕਾ ਦੇ ਵਿੱਚ, ਉੱਥੇ ਅਸੀਂ ਸ਼ਲਵਾਰ ਕਮੀਜ਼ ਵੀ ਯੂਜ਼ ਕਰਦੇ ਹਾਂ, ਆਪਣੇ ਵੇਸਟ ਕੋਟ ਵਗੈਰਾ ਜਿਹੜਾ ਸਾਡਾ ਪਾਕਿਸਤਾਨੀ ਡਰੈਸ ਹੈ। ਅਤੇ ਜਿਵੇਂ ਪਾਕਿਸਤਾਨ ਗਏ ਹੋਈਏ ਤਾਂ ਪਾਕਿਸਤਾਨ ਜਿਹੜਾ ਉਹ ਸਭ ਤੋਂ ਬੈਸਟ ਜਿਹੜੀ ਸਾਡੀ ਸ਼ਲਵਾਰ ਕਮੀਜ਼ ਹੈ, ਉਹਨੂੰ ਅਸੀਂ ਆਪਣਾ ਪਿਆਰ ਵੀ ਕਰਦੇ ਹਾਂ, ਪਸੰਦ ਵੀ ਕਰਦੇ ਹਾਂ, ਅਤੇ ਬੜੇ ਸ਼ੌਕ ਨਾਲ ਮਤਲਬ ਉਹਨੂੰ ਪਾਕਿਸਤਾਨ ਦੇ ਵਿੱਚ ਪਹਿਨਦੇ ਵੀ ਹਾਂ। ਮਾਸ਼ਾਅੱਲਾ, ਦੋਵੇਂ ਡਰੈਸਿੰਗ ਤੁਹਾਨੂੰ ਖੁਦ ਸੂਟ ਵੀ ਕਰਦੀਆਂ ਨੇ, ਕਿਉਂਕਿ ਲਾਸਟ ਟਾਈਮ ਜਿਵੇਂ ਕੇਅਰ ਪਾਕਿਸਤਾਨ ਦਾ ਵਫਦ ਤੁਹਾਡੇ ਕੋਲ ਭੰਗੜਾ ਵਾਲੇ ਗਿਆ ਸੀ, ਤੁਹਾਡੀਆਂ ਜਿਹੜੀਆਂ ਫੋਟੋਆਂ ਨੇ ਫੇਸਬੁੱਕ ਤੇ ਵੇਖੀਆਂ ਸਨ, ਮਾਸ਼ਾਅੱਲਾ ਬਹੁਤ ਜ਼ਬਰਦਸਤ। ਸਾਡਾ ਪੰਜਾਬੀਆਂ ਦਾ ਬਿਹਤਰੀਨ ਡਰੈਸ ਹੈ ਜਿਹੜਾ ਸ਼ਲਵਾਰ ਕਮੀਜ਼। ਚੋਈ ਸਾਹਿਬ, ਇਹ ਦੱਸੋ ਤੁਹਾਨੂੰ ਜ਼ਿੰਦਗੀ ਦਾ ਕਿਹੜਾ ਰੰਗ ਅੱਛਾ ਲੱਗਦਾ? ਉਹ ਜਦੋਂ ਤੁਸੀਂ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੇ ਆਮ ਤੇ ਸਾਦਾ ਜਿਹੇ ਤਾਲਬ ਇਲਮ ਸੋ, ਜਾਂ ਹੁਣ ਕਿ ਜਦੋਂ ਤੁਸੀਂ ਪੂਰੀ ਦੁਨੀਆ ਦੇ ਵਿੱਚ, ਪੂਰੇ ਪਾਕਿਸਤਾਨ ਤੇ ਅਮਰੀਕਾ ਦੇ ਵਿੱਚ ਇੱਕ ਅਹਿਮ ਤੇ ਮਸ਼ਹੂਰ ਮਾਰੂਫ ਸਿਆਸੀ ਤੇ ਸਮਾਜੀ ਸ਼ਖਸੀਅਤ?
ਮੈਂ ਸਮਝਣਾ ਕਿ ਹਰ ਬੰਦਾ ਹੀ ਜਿਹੜਾ ਉਹ ਆਪਣੇ ਜਿਹੜਾ ਕਾਲਜ ਦਾ ਦੌਰ ਹੁੰਦਾ ਹੈ ਉਹ ਜ਼ਿੰਦਗੀ ਦਾ ਸਭ ਤੋਂ ਬੈਸਟ ਦੌਰ ਹੁੰਦਾ ਹੈ, ਕਿਉਂਕਿ ਤੁਹਾਡੀਆਂ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਹਨ, ਤੁਸੀਂ ਇੱਕ ਆਜ਼ਾਦ ਹੁੰਦੇ ਹੋ, ਜ਼ਿੰਮੇਵਾਰੀਆਂ ਤੋਂ ਆਜ਼ਾਦ ਹੁੰਦੇ ਹੋ, ਤੁਸੀਂ ਆਪਣੀ ਮਰਜ਼ੀ ਦੀ ਜਿਹੜੀ ਜ਼ਿੰਦਗੀ ਉਹਨੂੰ ਗੁਜ਼ਾਰ ਰਹੇ ਹੁੰਦੇ ਹੋ। ਤੇ ਮੈਂ ਜਿਹੜਾ ਪਾਕਿਸਤਾਨ ਆਪਣਾ ਕਾਲਜ ਦਾ ਦੌਰ ਲਾ ਰਿਹਾ, ਮਾਸ਼ਾਅੱਲਾ ਉਹਨੂੰ ਮੈਂ ਬੜਾ ਮਿਸ ਕਰਨਾ। ਮੇਰੇ ਕਾਫੀ ਹਲਕੇ ਬਾਪ ਦੇ ਵਿੱਚ ਕਣੀਆਂ ਵਾਲੇ ਦੇ ਵਿੱਚ, ਅਸੀਂ ਕਣੀਆਂ ਵਾਲੇ ਤੋਂ ਗੁਜਰਾਤ ਉਸ ਟਾਈਮ ਬੱਸਾਂ ਤੇ ਜਾਣਾ ਆਉਣਾ, ਤੇ ਬਹੁਤ ਸਾਰੇ ਦੋਸਤ ਨੇ, ਕਲਾਸ ਫੈਲੋ ਨੇ ਜਿਹਨਾਂ ਨਾਲ ਅੱਜ ਵੀ ਪਿਆਰ ਮੁਹੱਬਤ ਤੇ ਔਰ ਅਕਸਰ ਅਸੀਂ ਗੱਪਸ਼ੱਪ ਉਹਨਾਂ ਨਾਲ ਲਾਉਂਦੇ ਰਹਿੰਦੇ ਹਾਂ। ਤੇ ਉਹ ਬੜਾ ਅੱਛਾ ਦੌਰ ਮੈਂ ਸਮਝਣਾ ਕਿ ਗੁਜ਼ਰਿਆ ਹੈ, ਜਿਹੜਾ ਕਿ ਨਾ ਭੁੱਲਣ ਵਾਲਾ। ਉਸ ਤੋਂ ਬਾਅਦ ਤੁਸੀਂ ਫਿਰ ਜਿਵੇਂ ਬਾਹਰ ਨਿਕਲਦੇ ਹੋ ਆਪਣਾ ਕਾਰੋਬਾਰ, ਆਪਣੇ ਕੰਮਾਂ ਦੇ ਸਿਲਸਿਲੇ ਵਿੱਚ, ਆਪਣੇ ਫੈਮਿਲੀ ਦੇ ਸਿਸਟਮ 'ਚ ਬਿਜ਼ੀ ਹੋ ਜਾਂਦੇ ਹੋ, ਫਿਰ ਤੁਹਾਡੇ ਕੋਲ ਉਹ ਟਾਈਮ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਆਪਣਾ ਜਾਂ ਬਚਪਨ ਦਾ ਟਾਈਮ ਹੈ, ਜਿਹੜਾ ਕਾਲਜ ਦੌਰ ਦਾ ਟਾਈਮ ਹੈ, ਜਿਸ ਤਰ੍ਹਾਂ ਤੁਸੀਂ ਉਹ ਗੁਜ਼ਾਰਿਆ ਹੁੰਦਾ, ਉਹ ਟਾਈਮ ਜਿਹੜਾ ਉਹ ਹਰ ਜ਼ਿੰਦਗੀ ਦੇ ਵਿੱਚ ਤੁਹਾਨੂੰ ਦੁਬਾਰਾ ਨਹੀਂ ਮਿਲਦਾ। ਹਾਂਜੀ ਗੱਲ ਜੋਈ ਸਾਹਿਬ। ਅੱਛਾ ਜੋਈ ਸਾਹਿਬ, ਮੌਸਮ ਕਿਹੜਾ ਤੁਹਾਨੂੰ ਅੱਛਾ ਲੱਗਦਾ ਹੈ, ਪਾਕਿਸਤਾਨ ਦਾ ਜਾਂ ਅਮਰੀਕਾ ਦਾ? ਪਲੱਸ ਤੁਹਾਨੂੰ ਠੰਡ ਅੱਛੀ ਲੱਗਦੀ ਹੈ ਜਾਂ ਗਰਮੀ ਅੱਛੀ ਲੱਗਦੀ ਹੈ, ਧੁੱਪ ਅੱਛੀ ਲੱਗਦੀ ਹੈ ਜਾਂ ਛਾਂ ਅੱਛੀ ਲੱਗਦੀ? ਮੌਸਮ ਜਿਹੜਾ ਮੈਂ ਸਮਝਦਾ ਕਿ ਪਾਕਿਸਤਾਨ ਦਾ ਬੜਾ ਅੱਛਾ ਮੌਸਮ ਹੈ, ਔਰ ਮੈਂ ਕੋਸ਼ਿਸ਼ ਵੀ ਇਹੀ ਕਰਨਾ ਕਿ ਪਾਕਿਸਤਾਨ ਅਗਰ ਜਾਣਾ ਹੋਵੇ ਤੇ ਗਰਮੀਆਂ ਦੇ ਵਿੱਚ ਜਿਹਨਾਂ ਦਿਨਾਂ 'ਚ ਦਿਨ ਵੀ ਥੋੜ੍ਹੇ ਲੰਬੇ ਹੁੰਦੇ ਨੇ ਤਾਂ ਉਹਨੂੰ ਫਿਰ ਟੁਰਨ ਦਾ ਟਾਈਮ ਵੀ ਅੱਛਾ ਮਿਲ ਜਾਂਦਾ ਹੈ। ਤੇ ਵੈਸੇ ਤੇ ਦਰਮਿਆਨਾ ਮੌਸਮ ਜਿਹੜਾ ਅਪ੍ਰੈਲ ਮਈ ਦੇ ਵਿੱਚ ਜਿਹੜਾ ਉਹ ਬਿਹਤਰੀਨ ਮੌਸਮ ਹੁੰਦਾ, ਜਿਸ 'ਚ ਨਾ ਗਰਮੀ ਹੁੰਦੀ ਨਾ ਸਰਦੀ ਹੁੰਦੀ ਹੈ। ਤੇ ਵੈਸੇ ਇਹ ਕਿ ਸਾਰਾ ਜ਼ਾਹਿਰ ਬਚਪਨ ਪਾਕਿਸਤਾਨ ਗੁਜ਼ਰੇ ਹੈ, ਕੁਛ ਦੋਸਤ ਇੱਥੇ ਕਹਿੰਦੇ ਨੇ ਜੀ ਗਰਮੀਆਂ 'ਚ ਨਹੀਂ ਜਾਣਾ ਚਾਹੀਦਾ, ਲੇਕਿਨ ਮੈਂ ਸਮਝਦਾ ਗਰਮੀਆਂ ਦੇ ਵਿੱਚ ਜ਼ਿਆਦਾ ਇੰਟਰਟੇਨਮੈਂਟ ਹੁੰਦੀ ਹੈ, ਜ਼ਿਆਦਾ ਇੰਜੋਏ ਹੁੰਦੀ ਹੈ। ਤੇ ਸਰਦੀਆਂ ਦੇ ਵਿੱਚ ਤਾਂ ਇਹ ਹੁੰਦਾ ਕਿ ਦਿਨ ਹੀ ਜਿਹੜਾ ਉਹ ਬਿਲਕੁਲ ਥੋੜ੍ਹਾ ਹੁੰਦਾ, ਤੁਸੀਂ ਸੁਬਹਾ ਤਿਆਰ ਹੋ ਕੇ ਅਗਰ ਕਿਸੇ ਕੰਮ ਵਾਸਤੇ ਨਿਕਲਦੇ ਹੋ ਤੇ ਬਸ ਇੱਕ ਜਗ੍ਹਾ ਤੋਂ ਫਾਰਗ ਹੋ ਕੇ ਸ਼ਾਮ ਮਤਲਬ ਹੋ ਜਾਂਦੀ ਹੈ, ਰਾਤ ਬਹੁਤ ਲੰਬੀ ਹੁੰਦੀ ਹੈ। ਸਪੈਸ਼ਲੀ ਅਸੀਂ ਜਿਹੜੇ ਓਵਰ ਸੀਜ਼ ਤੋਂ ਜਾਂਦੇ ਹਾਂ, ਸਾਡਾ ਤਾਂ ਇਹ ਮਕਸਦ ਹੁੰਦਾ ਕਿ ਪਾਕਿਸਤਾਨ ਅਸੀਂ ਆਏ ਹਾਂ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਟਾਈਮ ਉਹ ਅਸੀਂ ਆਪਣਾ ਸਪੈਂਡ ਕਰੀਏ, ਮੁਖਤਲਿਫ ਦੋਸਤਾਂ ਮਿਲੀਏ, ਖੁਸ਼ੀਆਂ ਗਮੀਆਂ ਦੇ ਵਿੱਚ ਸ਼ਾਮਿਲ ਹੋਵੀਏ, ਜਾਂ ਕਿ ਜਾ ਕੇ ਟੂਰਿਸਟ ਜਾਂ ਵਿਜ਼ਿਟ ਮਤਲਬ ਪਲੇਸ ਦੇ ਵਿੱਚ ਜਾਈਏ। ਉਸ ਚੀਜ਼ ਦੇ ਵਾਲੇ ਨਾਲ ਮੈਂ ਦੇਖਣਾ ਕਿ ਜਿਹੜਾ ਮਤਲਬ ਗਰਮੀਆਂ ਦੇ ਵਿੱਚ ਜਿਸ ਤਰ੍ਹਾਂ ਬੱਚਿਆਂ ਨੂੰ ਵੀ ਛੁੱਟੀਆਂ ਹੁੰਦੀਆਂ ਨੇ ਤੇ ਗਰਮੀਆਂ ਵਾਲਾ ਜਿਹੜਾ ਮੌਸਮ ਪਾਕਿਸਤਾਨ ਉਹ ਜ਼ਿਆਦਾ ਮਤਲਬ ਪਸੰਦ ਕੀਤਾ ਜਾਂਦਾ ਹੈ। ਤੇ ਬਾਕੀ ਜਿਹੜੇ ਗਰਮੀਆਂ ਦੇ ਵਿੱਚ ਗਰਮੀ ਜਿਹੜੀ ਹੈ ਧੁੱਪ ਉਹ ਵੀ ਇਨਸਾਨ ਵਾਸਤੇ ਜ਼ਰੂਰੀ ਹੈ, ਤੇ ਸਰਦੀਆਂ ਜਿਹੜੀਆਂ ਨੇ ਉਹ ਵੀ ਜ਼ਰੂਰੀ ਨੇ, ਅੱਲਾਹ ਤਾਲਾ ਦੇ ਮਤਲਬ ਮੌਸਮ ਨੇ ਉਹ ਸਾਰੇ ਮੌਸਮ ਪਸੰਦ ਨੇ। ਠੀਕ ਹੋ ਗਿਆ। ਅੱਛਾ ਜੀ, ਜਿੰਨੇ ਦੋਸਤ ਵੇਖ ਰਹੇ ਨੇ, ਜਿੰਨੇ ਕਮੈਂਟ ਕਰ ਰਹੇ ਨੇ, ਸਾਰਿਆਂ ਦਾ ਬਹੁਤ ਜ਼ਿਆਦਾ ਸ਼ੁਕਰੀਆ। ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਕਿਉਂਕਿ ਅੱਜ ਸਾਡੀ ਸਾਰਿਆਂ ਦੀ, ਮੇਰੀ ਵੀ ਤੇ ਸਾਰਿਆਂ ਪੰਜਾਬੀਆਂ ਸਾਰਿਆਂ ਗੁਜਰਾਤੀਆਂ ਦੀ ਫੇਵਰੇਟ ਤੇ ਪਸੰਦੀਦਾ ਸ਼ਖਸੀਅਤ ਚੌਧਰੀ ਤਨਵੀਰ ਅਸਗਰ ਭੰਗਰਾਂ ਵਾਲਾ ਸਾਹਿਬ, ਉਹਨਾਂ ਦੀਆਂ ਖੂਬਸੂਰਤ ਗੱਲਾਂ ਸੁਣ ਰਹੇ ਹਾਂ। ਜ਼ਿਆਦਾ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰੋ। ਚੌਧਰੀ ਤਨਵੀਰ ਅਸਗਰ ਸਾਹਿਬ, ਸਰ ਇਸ ਗੱਲ ਤੇ ਰੋਸ਼ਨੀ ਪਾਓ ਕਿ ਅੱਜ ਕੱਲ੍ਹ ਜਿਹੜੀ ਨਵੀਂ ਅਮਰੀਕਾ ਦੀ ਹਕੂਮਤ ਆਈ ਹੈ, ਕਿਉਂਕਿ ਸਾਡੇ ਪਾਕਿਸਤਾਨੀਆਂ ਨੇ ਕਾਫੀ ਵੋਟ ਸ਼ੋਟ ਪਾਏ ਨੇ ਫੇਸਬੁੱਕਾਂ ਤੇ, ਅਸੀਂ ਵੇਖਦੇ ਰਹੇ ਹਾਂ ਕਿ ਲਓ ਜੀ ਹੁਣ ਅਸੀਂ ਫੇਸ ਵੋਟ ਪਾ ਕੇ ਆ ਰਹੇ ਹਾਂ, ਨਵੀਂ ਹਕੂਮਤ ਤੋਂ ਤੁਹਾਨੂੰ ਕੀ ਉਮੀਦਾਂ ਨੇ, ਉਹ ਪਾਕਿਸਤਾਨ ਜਾਂ ਏਸ਼ੀਆ ਵਾਸਤੇ ਕੀ ਕਿਰਦਾਰ ਅਦਾ ਕਰੇ? ਜੀ, ਨਵੀਂ ਹਕੂਮਤ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ, ਜੋ ਬਾਈਡਨ ਨੂੰ ਮੈਂ ਬਜ਼ਾਤੇ ਖੁਦ ਇਲੈਕਸ਼ਨ ਵਾਸਤੇ ਅਸੀਂ ਕੰਪੇਨ ਵੀ ਕੀਤੀ ਹੈ, ਉਹਨਾਂ ਨੂੰ ਵੋਟ ਵੀ ਪਾਏ ਨੇ, ਔਰ ਪਾਕਿਸਤਾਨੀ ਕਮਿਊਨਿਟੀ ਨੇ ਐਤਕੀ ਬਹੁਤ ਬਹੁਤ ਬੜੀ ਤਾਦਾਦ ਦੇ ਵਿੱਚ ਜਿਹੜਾ ਹੈ ਨਾ ਵੋਟ ਜਾ ਕੇ ਤੇ ਜੋ ਬਾਈਡਨ ਨੂੰ ਕੀਤਾ ਡੈਮੋਕਰੇਟ ਪਾਰਟੀ ਨੂੰ, ਕਿਉਂਕਿ ਇਸ ਤੋਂ ਪਹਿਲਾਂ ਟਰੰਪ ਸਾਹਿਬ ਸਨ 4 ਸਾਲ ਵਾਸਤੇ, ਉਹਨਾਂ ਨੇ ਜੂੰ ਹੀ ਆਏ ਨੇ ਸਾਡੇ ਮੁਸਲਮਾਨਾਂ ਵਾਸਤੇ, ਸਾਡੇ ਜਿਹੜੇ ਓਵਰਸੀਜ਼ ਨੇ ਉਹਨਾਂ ਵਾਸਤੇ ਕਾਫੀ ਸਾਰੀਆਂ ਮੁਸ਼ਕਲਾਤਾਂ ਜਿਹੜੀਆਂ ਨੇ ਉਹ ਪੈਦਾ ਕਰ ਦਿੱਤੀਆਂ ਸਨ, ਉਹ ਜਿਹਦੀ ਵਜ੍ਹਾ ਤੋਂ ਫਿਰ ਇਹ ਅਮੈਰੀਕਾ ਜਿਹੜਾ ਇਹਦੇ 'ਚ ਜ਼ਿਆਦਾਤਰ ਮੈਜੋਰਿਟੀ ਮੁਖਤਲਿਫ ਜਿਹੜੇ ਨੇ ਕਮਿਊਨਿਟੀ ਆ ਬਾਹਰੋਂ ਲੋਕ ਆ ਕੇ ਸੈਟਲ ਹੋਏ ਨੇ, ਉਹਨਾਂ ਨੇ ਹਰੇਸ਼ ਚੀਜ਼ ਨੂੰ ਪਸੰਦ ਨਹੀਂ ਕੀਤਾ, ਉਹ ਟਰੰਪ ਸਾਹਿਬ ਨੂੰ ਰਿਜੈਕਟ ਕਰ ਦਿੱਤਾ। ਹੁਣ ਜਿਹੜੀ ਗੌਰਮੈਂਟ ਆ ਰਹੀ ਹੈ ਜਿਹੜੀ ਜਨਵਰੀ 20 ਨੂੰ ਮਤਲਬ ਜੋ ਬਾਈਡਨ ਦੇ ਪ੍ਰੈਜ਼ੀਡੈਂਟ ਨਾਮੀਨੇਟ ਹੋਵਾਂਗੇ, ਤੇ ਇਹਨਾਂ ਦਾ ਐਕਸਪੀਰੀਅੰਸ ਵੀ ਕਾਫੀ ਹੈ ਔਰ ਕਾਫੀ ਸੀਨੀਅਰ ਪੋਲੀਟੀਸ਼ੀਅਨ ਨੇ, ਇਹਨਾਂ ਨੇ ਆਪਣਾ ਪਿਛਲੇ 50 ਸਾਲ ਤੋਂ ਇਹ ਪੋਲੀਟੀਸ਼ੀਅਨ ਦੇ ਵਿੱਚ ਨੇ ਔਰ ਇਹ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ, ਤੋ ਇਹ ਕਿ ਇਹਨਾਂ ਦੇ ਬਾਰੇ ਆਲਰੇਡੀ ਬੰਦਿਆਂ ਨੂੰ ਇਹ ਪਤਾ ਹੈ ਕਿ ਇਹਨਾਂ ਦੀ ਜਿਹੜੀਆਂ ਪਿਛਲੀਆਂ ਪਾਲਿਸੀਆਂ ਸਨ ਉਹ ਵੀ ਅੱਛੀਆਂ।